ਰੇਟ ਦਾ ਸਰ ਹਰ ਚੀਜ਼ ਦੇ ਇਨਕਰੀਜ਼ ਹੋਏ ਔਰ ਸਾਡੀਆਂ ਅੱਖਾਂ ਦੇ ਦੇਖਦੇ ਸਾਹਮਣੇ ਸਾਹਮਣੇ ਵੀ 5 ਰੁਪਏ ਕਿਲੋ ਵਿਕਦੀ ਹੋਈ ਚੀਜ਼ ਜਿਹੜੀ ਹੈ 50 ਰੁਪਏ ਕਿਲੋ ਸਾਡੀ ਮੰਡੀ ਦੇ ਵਿੱਚ ਹੋ ਗਈ ਹੈ ਔਰ ਲਿਟਰਲੀ ਇਹ ਚੀਜ਼ ਜਿਹੜੀ ਹੈ 4 ਦਿਨਾਂ ਦੇ ਅੰਦਰ ਅੰਦਰ ਹੀ ਹੋਈ। ਇੱਕ ਦਿਨ ਪਹਿਲਾਂ ਜਿਹੜੀ ਚੀਜ਼ 5 ਰੁਪਏ ਕਿਲੋ ਸੀ ਅਗਲੇ ਦਿਨ 10 ਸੀ, ਫਿਰ ਅਗਲੇ ਦਿਨ 20 ਵਾਲੀ ਚੀਜ਼ ਅਗਲੇ ਦਿਨ 40। 3 ਦਿਨਾਂ ਦੇ ਵਿੱਚ ਇਨਕਰੀਜ਼ਿੰਗ ਦਾ ਮਤਲਬ ਮੈਂ ਇੰਨਾ ਵੱਡਾ ਸਟੋਕ ਦਾ ਸਟੋਕ ਮਾਰਕੀਟ 'ਚ ਵੀ ਅਸੀਂ ਦੇਖੀਦਾ ਵੀ ਇੰਨਾ ਜਲਦਾ ਵੀ ਉਹ ਉਹਨਾਂ ਨੂੰ ਇੰਨਾ ਛੂਟ ਨਹੀਂ ਕਰਦੀ ਮਾਰਕੀਟ ਜਿੰਨੀ ਮਾਰਕੀਟ ਜਿਹੜੀ ਛੂਟ ਸਾਡੀ ਕੀਤੀ ਹੈ। ਮਾਨਸੂਨ ਨਹੀਂ ਆਈ ਹੈਗੀ, ਵੱਡੀ ਗੱਲ ਇਹ ਹੈ ਬਰਸਾਤਾਂ ਕਾਰਨ ਸਬਜ਼ੀਆਂ ਖੇਤਾਂ 'ਚ ਚਲੀ ਜਾਂਦੀਆਂ ਪਈਆਂ, ਜਿਹੜੀ ਬਿਲਕੁਲ ਇੰਨਾ ਟੈਂਪਰੇਚਰ 45°C ਟੈਂਪਰੇਚਰ ਹੋਣ ਦੇ ਬਾਵਜੂਦ ਇੱਥੇ ਗਰਮੀ ਕਾਰਨ ਸੋਤੇ ਪੂਰੇ ਪਹੁੰਚਦੇ ਪ੍ਰੋਪਰ ਨਹੀਂ ਪਏ, ਰਸਤੇ 'ਚ ਸੜੀ ਜਾਂਦੇ ਪਏ ਸੋਤੇ, ਉਹ ਫਿਰ ਮਾਰਕੀਟ 'ਚ ਮਾਲ ਪੂਰਾ ਨਹੀਂ ਹੁੰਦਾ ਪੂਰੇ ਕਰਕੇ, ਫਿਰ ਇਸ ਕਰਕੇ ਮਾਲ ਦੀ ਇਹ ਕੀ ਆ ਜੀ 35-40 ਰੁਪਏ ਕਿਲੋ ਹੋ ਗਿਆ ਜੀ, ਬੈਂਗਣ 20 ਰੁਪਏ ਕਿਲੋ ਕੁਸ਼ਨ ਹੈਗੀ ਜੀ, ਆਲੂ ਪਿਆਜ਼ ਦੀ 3-4 ਦਿਨ 'ਚ 25 ਤੋਂ ਲੈ ਕੇ 35 ਤੱਕ ਪਿਆਜ਼ ਪਹੁੰਚ ਗਿਆ, ਆਲੂ 1,000-1,100 ਰੁਪਏ ਕੱਟਾ ਵਿਕ ਰਿਹਾ। ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ ਕਿ ਹੀਟ ਵੇਵ ਦਾ ਜਿਹੜੀ ਮਾਰ ਹੈ ਉਹ ਜ਼ਿਆਦਾ ਪੈ ਸਕਦੀ ਆਉਣ ਵਾਲੇ 4 ਦਿਨਾਂ ਤੱਕ, ਪਰ ਇਸ ਵੱਧ ਰਹੀ ਗਰਮੀ ਅਤੇ ਵੱਧ ਰਹੇ ਤਾਪਮਾਨ ਦੇ ਕਾਰਨ ਸਬਜ਼ੀਆਂ ਦੇ ਰੇਟ ਵੱਧ ਗਏ ਨੇ। ਅਸੀਂ ਲੁਧਿਆਣਾ ਦੇ ਸਬਜ਼ੀ ਮੰਡੀ 'ਚ ਖੜੇ ਹਾਂ ਔਰ ਜਿਹੜੀ ਵੀ ਸਬਜ਼ੀ ਦਾ ਰੇਟ ਅਸੀਂ ਤੁਹਾਨੂੰ ਦੱਸਾਂਗੇ, ਚਾਹੇ ਉਹ ਪਿਆਜ਼ ਦੀ ਗੱਲ ਕਰੀਏ, ਟਮਾਟਰ ਦੀ ਗੱਲ ਕਰੀਏ, ਚਾਹੇ ਉਹ ਘੀਏ ਦੀ ਗੱਲ ਕਰੀਏ, ਜਿਹੜੀਆਂ ਰਸੋਈ ਦੇ ਵਿੱਚ ਸਬਜ਼ੀਆਂ ਇਸਤੇਮਾਲ ਹੁੰਦੀਆਂ ਨੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਤੁਹਾਡੇ ਬਜਟ ਦੇ ਉੱਤੇ ਇਸ ਦਾ ਸਿੱਧਾ ਸਿੱਧਾ ਅਸਰ ਪੈਣ ਵਾਲਾ, ਕਿਉਂਕਿ ਵੱਧ ਰਹੀ ਗਰਮੀ ਦੇ ਕਾਰਨ ਜਿਹੜੀ ਫਸਲਾਂ ਨੇ, ਕਿਉਂਕਿ ਬਰਸਾਤਾਂ ਨਹੀਂ ਪਈਆਂ ਔਰ ਬਰਸਾਤਾਂ ਨਾ ਪੈਣ ਕਾਰਨ ਫਸਲਾਂ ਨਹੀਂ ਹੋਈਆਂ ਚੰਗੀ ਤਰ੍ਹਾਂ, ਜਿਸ ਕਾਰਨ ਜਿਹੜੀ ਸਬਜ਼ੀ ਹੈ ਉਸ ਦਾ ਰੇਟ ਵੱਧ ਗਿਆ। ਮੇਰੇ ਨਾਲ ਜਿਹੜੇ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਹੈ ਆੜ੍ਹਤੀ, ਉਹ ਮੇਰੇ ਨਾਲ ਨੇ। ਪਹਿਲੇ ਤਾਂ ਇਹ ਦੱਸੋ ਕਿ ਸਬਜ਼ੀਆਂ ਦਾ ਰੇਟ ਕਿੰਨਾ ਕੁ ਵਧਿਆ, ਅਗਰ ਟਮਾਟਰ ਦੀ ਗੱਲ ਕਰੀਏ, ਪਿਆਜ਼ ਦੀ ਗੱਲ ਕਰੀਏ, ਬਾਕੀ ਸਬਜ਼ੀਆਂ ਦੀ ਗੱਲ ਕਰੀਏ, ਰੇਟ ਵਧੇ ਨੇ? ਰੇਟ ਦਾ ਸਰ ਹਰ ਚੀਜ਼ ਦੇ ਇਨਕਰੀਜ਼ ਹੋਏ ਔਰ ਸਾਡੀਆਂ ਅੱਖਾਂ ਦੇ ਦੇਖਦੇ ਸਾਹਮਣੇ ਸਾਹਮਣੇ ਵੀ 5 ਰੁਪਏ ਕਿਲੋ ਵਿਕਦੀ ਹੋਈ ਚੀਜ਼ ਜਿਹੜੀ ਹੈ 50 ਰੁਪਏ ਕਿਲੋ ਸਾਡੀ ਮੰਡੀ ਦੇ ਵਿੱਚ ਹੋ ਗਈ ਹੈ ਔਰ ਲਿਟਰਲੀ ਇਹ ਚੀਜ਼ ਜਿਹੜੀ ਹੈ 4 ਦਿਨਾਂ ਦੇ ਅੰਦਰ ਅੰਦਰ ਹੀ ਹੋਈ। ਇੱਕ ਦਿਨ ਪਹਿਲਾਂ ਜਿਹੜੀ ਚੀਜ਼ 5 ਰੁਪਏ ਕਿਲੋ ਸੀ ਅਗਲੇ ਦਿਨ 10 ਸੀ, ਫਿਰ ਅਗਲੇ ਦਿਨ 20 ਵਾਲੀ ਚੀਜ਼ ਅਗਲੇ ਦਿਨ 40। 3 ਦਿਨਾਂ ਦੇ ਵਿੱਚ ਇਨਕਰੀਜ਼ਿੰਗ ਦਾ ਮਤਲਬ ਮੈਂ ਇੰਨਾ ਵੱਡਾ ਸਟੋਕ ਦਾ ਸਟੋਕ ਮਾਰਕੀਟ 'ਚ ਵੀ ਅਸੀਂ ਦੇਖੀਦਾ ਵੀ ਇੰਨਾ ਜਲਦਾ ਵੀ ਉਹ ਉਹਨਾਂ ਨੂੰ ਇੰਨਾ ਇੰਨਾ ਛੂਟ ਨਹੀਂ ਕਰਦੀ ਮਾਰਕੀਟ ਜਿੰਨੀ ਮਾਰਕੀਟ ਜਿਹੜੀ ਛੂਟ ਸਾਡੀ ਕੀਤੀ ਹੈ ਵੀ ਬਾ ਕਮਾਲ ਹੀ ਹੈ ਜੀ। ਇਹ 5 ਵਾਲੀ ਚੀਜ਼ 50 ਰੁਪਏ ਕਿਲੋ ਹੈ ਲਿਟਰਲੀ, ਇਹ 4 ਦਿਨਾਂ ਦੇ ਅੰਦਰ ਅੰਦਰ। ਕਾਰਨ ਕੀ ਹੈ? ਬਰਸਾਤ ਨਾ ਹੋਣ ਦਾ ਜੀ, ਮਾਨਸੂਨ ਨਹੀਂ ਆਈ ਹੈਗੀ, ਵੱਡੀ ਗੱਲ ਇਹ ਹੈ ਬਰਸਾਤਾਂ ਕਾਰਨ ਸਬਜ਼ੀਆਂ ਖੇਤਾਂ 'ਚ ਸੜੀ ਜਾਂਦੀਆਂ ਪਈਆਂ, ਜਿਹੜੀ ਬਿਲਕੁਲ ਇੰਨਾ ਟੈਂਪਰੇਚਰ 45°C 46°C ਟੈਂਪਰੇਚਰ ਹੋਣ ਦੇ ਬਾਵਜੂਦ ਇੱਥੇ ਗਰਮੀ ਕਾਰਨ ਸੌਦੇ ਪੂਰੇ ਪਹੁੰਚਦੇ ਪ੍ਰੋਪਰ ਨਹੀਂ ਪਏ, ਰਸਤੇ 'ਚ ਸੜੀ ਜਾਂਦੇ ਪਏ ਸੌਦੇ, ਉਹ ਫਿਰ ਮਾਰਕੀਟ 'ਚ ਮਾਲ ਪੂਰਾ ਨਹੀਂ ਹੁੰਦਾ ਪੂਰੇ ਕਰਕੇ, ਫਿਰ ਇਸ ਕਰਕੇ ਮਾਲ ਦੀ ਹੱਥਾਂ ਦੀ ਗਿਣਤੀ ਦੇ ਸਬਜ਼ੀਆਂ ਦੀ ਗੱਲ ਕਰਾਂ, ਬੈਂਗਣ, ਘੀਆ, ਅਗਰ ਆਲੂ ਦੀ, ਪਿਆਜ਼ ਦੀ ਗੱਲ ਕੀਤੀ, ਟਮਾਟਰ ਦੀ ਗੱਲ ਕੀਤੀ ਹੈ, ਕਿੰਨੇ ਕਿੰਨੇ ਰੇਟ ਵਧੇ ਨੇ ਜੀ? ਘੀਆ ਜੀ 35-40 ਰੁਪਏ ਕਿਲੋ ਹੋ ਗਿਆ ਜੀ, ਬੈਂਗਣ 20 ਰੁਪਏ ਕਿਲੋ ਕੁਸ਼ਨ ਹੈਗੀ ਜੀ, ਆਲੂ ਪਿਆਜ਼ ਦੀ 3-4 ਦਿਨ 'ਚ 25 ਤੋਂ ਲੈ ਕੇ 35 ਤੱਕ ਪਿਆਜ਼ ਪਹੁੰਚ ਗਿਆ, ਆਲੂ 1,000-1,100 ਰੁਪਏ ਕੱਟਾ ਵਿਕ ਰਿਹਾ ਤਕਰੀਬਨ। ਸਬਜ਼ੀਆਂ ਸ਼ਿਮਲਾ ਮਿਰਚ 35-40 ਰੁਪਏ ਕਿਲੋ, ਬੀਨ 50-60 ਰੁਪਏ ਕਿਲੋ ਹੈਗੀ ਮੰਡੀ 'ਚ। ਦੁਗਣੇ ਭਾਅ ਮੰਨ ਸਕਦੇ? ਦੁਗਣੇ ਭਾਅ ਨਹੀਂ, ਪਿਆਜ਼ ਦੇ ਤਾਂ ਦੁਗਣੇ ਹੀ ਹੋਏ, ਆਪਣਾ ਪਿਆਜ਼ ਦੇ ਤਾਂ ਵਧੇ ਨੇ, 20 ਰੁਪਏ ਤੋਂ ਸਿੱਧਾ 40 ਆ ਗਏ, 35 ਆ ਗਿਆ, ਫਰਕ ਪੈਂਦਾ ਹੀ ਹੈ। ਲੱਗਦਾ ਕਿ ਕਿੰਨੀ ਦੇਰ ਤੱਕ ਇਹ ਰੇਟ ਇਦਾਂ ਇਸੇ ਤਰ੍ਹਾਂ? ਗੁਰੂ ਮਹਾਰਾਜ ਨੂੰ ਮਨਜ਼ੂਰ ਹੈ, ਜਿਹਦਾ ਹੁਣ ਬਾਰਿਸ਼ ਆਈ ਦੇ ਵਿੱਚ ਕੀ ਉਹ ਕਰ ਸਕਦੇ ਆ, ਇਹਦੇ 'ਚ ਕੋਈ ਗੌਰਮੈਂਟ ਦਾ ਕਿਸੇ ਦਾ ਕੋਈ ਥੋੜ੍ਹਾ ਹੱਕ ਹੈ? ਤਾਂ ਤੁਸੀਂ ਕੁਛ ਕਹਿ ਰਹੇ ਸੀ। ਨਹੀਂ ਉਹੀ ਗੱਲ ਹੈ ਵੀ ਜੇ ਇਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ, ਬਾਰਿਸ਼ ਜੇ ਨਾ ਹੋਈ ਇਹ ਚੀਜ਼ਾਂ 100 ਰੁਪਏ ਕਿਲੋ ਪਹੁੰਚਣਗੀਆਂ, ਇਹ ਚੀਜ਼ਾਂ ਬ੍ਰੇਕ ਨਹੀਂ ਲਾਣਗੀਆਂ। ਪਿਆਜ਼ 100 ਰੁਪਏ ਜਾਏਗਾ? ਪਿਆਜ਼ 100 ਰੁਪਏ ਜਾਏਗਾ, ਪਿਆਜ਼ 100 ਰੁਪਏ ਜਾ ਸਕਦਾ, ਕਿਉਂਕਿ ਪਿਆਜ਼ ਤੋਂ ਬਿਨਾਂ ਰਸੋਈ ਨਹੀਂ। ਔਰ ਇਹ ਤਸਵੀਰਾਂ ਲੁਧਿਆਣਾ ਦੇ ਸਬਜ਼ੀ ਮੰਡੀ ਦੀਆਂ ਤੁਸੀਂ ਰਸ਼ ਦੇਖ ਰਹੇ ਹੋ, ਪਰ ਮਜਬੂਰੀ ਹੈ ਸਬਜ਼ੀ ਖਰੀਦਣਾ, ਪਿਆਜ਼ 100 ਰੁਪਏ ਕਿਲੋ ਜਾ ਸਕਦਾ, ਇਹ ਇੱਥੇ ਸਬਜ਼ੀ ਦੁਕਾਨਦਾਰਾਂ ਦਾ ਆਖਣਾ ਹੈ, ਆੜ੍ਹਤੀਆਂ ਦਾ ਆਖਣਾ ਹੈ, ਔਰ ਜਿਹੜੀ ਵੀ ਸਬਜ਼ੀ ਦਾ ਰੇਟ ਕਹੀਏ ਕਿ ਉਸਦੇ ਜਿਹੜੇ ਭਾਅ ਉਹ ਦੁੱਗਣੇ ਹੋ ਚੁੱਕੇ ਨੇ।
ਚਾਹੇ ਉਹ ਸ਼ਿਮਲਾ ਮਿਰਚ ਦੀ ਗੱਲ ਕਰੀਏ, ਟਮਾਟਰ ਦੀ ਗੱਲ ਕਰੀਏ, ਪਿਆਜ਼ ਦੀ ਗੱਲ ਕਰੀਏ, ਘੀਏ ਦੀ ਗੱਲ ਕਰੀਏ, ਪੇਠੇ ਦੀ ਗੱਲ ਕਰੀਏ, ਗਰਮੀ ਵੱਧ ਪੈ ਰਹੀ ਹੈ ਔਰ ਵੱਧ ਰਹੀ ਗਰਮੀ ਦੇ ਕਾਰਨ ਇਹ ਸਬਜ਼ੀਆਂ ਦੇ ਰੇਟ ਵੱਧ ਰਹੇ ਨੇ, ਕਿਉਂਕਿ ਮੌਸਮ ਕੋਈ ਵੀ ਹੋਵੇ, ਚਾਹੇ ਗਰਮੀ ਦਾ ਹੋਵੇ ਚਾਹੇ ਸਰਦੀ ਦਾ ਹੋਵੇ, ਰੇਟ ਇੱਕ ਵਾਰੀ ਜ਼ਰੂਰ ਸਬਜ਼ੀਆਂ ਦੇ ਵੱਧਦੇ ਨੇ, ਕਿਉਂਕਿ ਗਰਮੀ ਦੇ ਕਾਰਨ ਸਬਜ਼ੀਆਂ ਖਰਾਬ ਹੋ ਰਹੀਆਂ ਨੇ, ਮੀਂਹ ਨਹੀਂ ਪੈ ਰਿਹਾ, ਫਸਲਾਂ ਨਹੀਂ ਹੋ ਰਹੀਆਂ, ਇਸ ਕਰਕੇ ਇਹ ਜਿਹੜੇ ਰੇਟ ਆ ਹੁਣ ਸਬਜ਼ੀਆਂ ਦੇ ਆਸਮਾਨ ਨਹੀਂ ਪਹੁੰਚ ਰਹੇ ਨੇ ਔਰ ਤੁਹਾਨੂੰ ਇਹ ਰੇਟ ਪਰੇਸ਼ਾਨ ਕਰ ਸਕਦੇ ਨੇ, ਤੁਹਾਡੇ ਬਜਟ ਤੇ ਇਸਦਾ ਅਸਰ ਪੈ ਸਕਦਾ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼, ਲੁਧਿਆਣਾ।